ਖਾਲਸਾ ਡਰੱਗ ਨਹੀਂ ਪੀਂਦਾ, ਘੁੱਟ ਸਬਰਾਂ ਦੇ ਪੀਂਦਾ। ਠੀਕ ਹੈ ਨਾ। ਸਭ ਤੋਂ ਪਹਿਲਾਂ ਬਾਬਿਓ ਗੱਲ ਇੱਦਾਂ ਵੀ ਭਾਈ ਸਾਹਿਬ ਜੀ ਨੂੰ ਬਦਨਾਮ ਕਰਨ ਵਾਸਤੇ ਬੜੀ ਕੁਝ ਹੀ ਸਾਜ਼ਿਸ਼ ਆ ਜਿਹੜੀ ਚੱਲੀ ਗਈ ਆ, ਰਣਨੀਤੀ ਘੜੀ ਗਈ ਆ, ਬੜੇ ਢੰਗ ਤਰੀਕੇ ਦੇ ਨਾਲ ਘੜੀ ਗਈ ਆ। ਕਿਉਂਕਿ ਲੋਕਾਂ ਦੇ ਵਿੱਚ ਭਾਈ ਸਾਹਿਬ ਦਾ ਜਿਹੜਾ ਚਿਹਰਾ ਨਾ, ਉਹ ਇਸ ਕਰਕੇ ਬਾਹਲਾ ਉੱਠਿਆ ਸੀ ਵੀ ਇਹ ਜਿਹੜੇ ਨੌਜਵਾਨਾਂ ਦੇ ਨਸ਼ੇ ਛਡਾਉਂਦਾ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਦਾ। ਠੀਕ ਹੈ ਨਾ। ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਬਹੁਤ ਸਾਰੇ ਇਹੋ ਜਿਹੇ ਨੌਜਵਾਨ ਆ ਜਿਨ੍ਹਾਂ ਨੇ ਨਸ਼ਾ ਛੱਡਿਆ ਅਤੇ ਅੱਜ ਕੱਲ੍ਹ ਆਪਣੀ ਸੋਹਣੀ ਜ਼ਿੰਦਗੀ ਜਿਉਂ ਰਹੇ ਆ ਉਹ ਬਾਈ। ਕਿਉਂਕਿ ਕਈਆਂ ਦੇ ਮੈਂ ਪਰੂਫ ਵੀ ਦੇ ਸਕਦਾ ਵੀ ਇਹ ਨਹੀਂ ਹੈਗੇ ਵੀ ਇਕੱਲਾ ਮੈਂ ਫੇਸਬੁੱਕ 'ਤੇ ਬੋਲਦਾ, ਮੈਂ ਪਰੂਫ ਵੀ ਦੇ ਦੂੰਗਾ ਜੇ ਕਿਸੇ ਨੂੰ ਚਾਹੀਦੇ ਹੋਏ ਤਾਂ, ਮੈਂ ਗੱਲ ਵੀ ਕਰਵਾ ਦੂੰ ਉਹਨਾਂ ਨੌਜਵਾਨਾਂ ਨਾਲ। ਇਹਨਾਂ ਨੂੰ ਪਤਾ ਲੱਗ ਗਿਆ ਵੀ ਭਾਈ ਸਾਹਿਬ ਦਾ ਚਿਹਰਾ ਜਿਹੜਾ ਯਾਰ ਇੰਨਾ ਉੱਚਾ ਜਾਣ ਲੱਗ ਪਿਆ, ਭਾਈ ਸਾਹਿਬ ਦਾ ਕਿਰਦਾਰ ਐਡਾ ਉੱਚਾ ਹੋਣ ਲੱਗ ਪਿਆ ਵੀ ਜਿਹੜੀ ਨੌਜਵਾਨ ਆ ਭਾਈ ਸਾਹਿਬ ਨੂੰ ਪਿਆਰ ਕਰਨ ਲੱਗ ਪਏ ਆ, ਮਾਵਾਂ ਪਿਆਰ ਕਰਨ ਲੱਗ ਪਈਆਂ ਵੀ ਸਾਨੂੰ ਕੋਈ ਪੁੱਛਦਾ ਹੀ ਨਹੀਂ। ਸੋ ਇਹਨਾਂ ਸੋਚਿਆ ਵੀ ਇਹਨਾਂ ਨੂੰ ਕਿਵੇਂ ਨਾ ਕਿਵੇਂ ਕਰਕੇ ਨਾ ਬਦਨਾਮ ਕਰੀਏ, ਆਪਾਂ ਕੋਈ ਸਾਜ਼ਿਸ਼ ਘੜੀਏ ਜਿੰਨਾ ਇਹਦੇ ਨਾਲ ਲੋਕਾਂ ਨੂੰ ਇਹ ਯਕੀਨ ਹੋ ਜੇ ਵੀ ਭਾਈ ਸਾਹਿਬ ਦਾ ਜਿਹੜਾ ਭਰਾ ਹਰਪ੍ਰੀਤ ਸਿੰਘ ਆ ਉਹ ਖੁਦ ਨਸ਼ੇ ਦਾ ਸੇਵਨ ਕਰਦਾ, ਉਹ ਡਰੱਗ ਦਾ ਸੇਵਨ ਕਰਦਾ, ਜਿਹੜੀ ਡਰੱਗ ਆਈਸ ਫੜੀ ਗਈ ਆ, ਜਿਹਦਾ ਆਪਾਂ ਨਾਂ ਨਹੀਂ ਸੁਣਿਆ ਅੱਜ ਤੱਕ ਆਪਾਂ ਤਾਂ। ਠੀਕ ਹੈ ਨਾ। ਆਈਸ ਨਾਂ ਦੀ ਡਰੱਗ ਫੜੀ ਗਈ ਆ। ਬਦਨਾਮ ਇਉਂ ਕੀਤਾ ਗਿਆ ਵੀ ਪਹਿਲਾਂ ਤਾਂ ਚਿੱਟੇ ਨਾਲ ਨੌਜਵਾਨ ਤੁਹਾਨੂੰ ਪਤਾ ਕਿਵੇਂ ਖਤਮ ਕੀਤੇ ਜਾ ਰਹੇ ਆ, ਹੁਣ ਭਾਈ ਸਾਹਿਬ ਦੀ ਸ਼ਖਸੀਅਤ ਨੂੰ ਉਹਦੇ ਭਰਾ ਦੁਆਰਾ ਇਉਂ ਖਤਮ ਕੀਤਾ ਜਾ ਰਿਹਾ ਵੀ ਜਿਹੜੀ ਆਈਸ ਨਾਂ ਦੀ ਡਰੱਗ ਆ ਇਹ ਪੰਜਾਬ ਦੇ ਵਿੱਚ ਭਾਈ ਸਾਹਿਬ ਦਾ ਭਰਾ ਹਰਪ੍ਰੀਤ ਲੈ ਕੇ ਆਇਆ ਵੀ ਸ਼ੁਰੂ ਵਾਰ ਇਹਨੇ ਕੀਤੀ ਆ। ਜਿਵੇਂ ਲੋਕ ਮਜੀਠੀਏ ਨੂੰ ਆਉਂਦਾ ਨਾ ਵੀ ਚਿੱਟਾ ਜਿਹੜਾ ਉਹ ਮਜੀਠੀਏ ਨੇ ਲਿਆਂਦਾ, ਨੌਜਵਾਨ ਮਜੀਠੀਏ ਨੇ ਇੰਨੇ ਖਤਮ ਕਰਵਾਤੇ ਚਿੱਟੇ ਦੇ ਨਾਲ, ਇਹ ਜਿਹੜਾ ਆਈਸ ਨਾਂ ਦੀ ਡਰੱਗ ਆ ਇਹ ਭਾਈ ਸਾਹਿਬ ਦੇ ਭਰਾ ਦਾ ਤਾਂ ਨਾਂ ਲਾਇਆ ਵੀ ਕੱਲ੍ਹ ਨੂੰ ਲੋਕਾਂ ਦੇ ਵਿੱਚ ਇਹ ਗੱਲ ਉੱਭਰੂਗੀ ਵੀ ਜਿਹੜੀ ਆਈਸ ਆ ਇਹ ਹਰਪ੍ਰੀਤ ਪੰਜਾਬ ਦੇ ਵਿੱਚ ਲੈ ਕੇ ਆਇਆ, ਕੰਮ ਇਹਨੇ ਸ਼ੁਰੂ ਕੀਤਾ ਸਭ ਨਾਲੋਂ ਪਹਿਲਾਂ ਕੰਮ ਇਹਨੇ ਸ਼ੁਰੂ ਕੀਤਾ ਕਿ ਲੋਕਾਂ ਦੇ ਜਿਹੜਾ ਦਿਲਾਂ ਦੇ ਵਿੱਚ ਯਕੀਨ ਦਿਵਾਉਣਾ ਵੀ ਲੋਕਾਂ ਨੂੰ ਵਾਕਈ ਯਕੀਨ ਹੋ ਜੇ ਵੀ ਜਿਹੜੀ ਡਰੱਗ ਆ ਇਹ ਅੰਮ੍ਰਿਤਪਾਲ ਦਾ ਭਰਾ ਖੁਦ ਜਿਹੜੀ ਆਈਸ ਨਾਂ ਦੀ ਡਰੱਗ ਆ ਇਹ ਖੁਦ ਲੈਂਦਾ ਇਹ ਬੰਦਾ, ਕਿਉਂਕਿ ਭਾਈ ਸਾਹਿਬ ਦਾ ਕਿਰਦਾਰ ਤਾਂ ਇਸੇ ਕਰਕੇ ਉੱਚਾ ਹੋਇਆ ਸੀ ਵੀ ਉਹ ਨੌਜਵਾਨਾਂ ਦੇ ਨਸ਼ੇ ਛਡਾਉਂਦਾ ਸੀ। ਉਹਨਾਂ ਨੇ ਬੜੇ ਤਰੀਕੇ ਨਾਲ ਵੇਖਿਆ ਵੀ ਕਿਵੇਂ ਬਦਨਾਮ ਕਰੀਏ, ਕਿੱਦਾਂ ਦੀ ਚਾਲ ਨਾਲ ਬਦਨਾਮ ਕਰੀਏ, ਕਿਵੇਂ ਫੜੀਏ। ਉਹਨਾਂ ਨੇ ਫਿਰ ਉਹ ਚਾਲ ਚੱਲੀ ਵੀ ਨਸ਼ੇ ਦਾ ਹੀ ਕਰੋ, ਇਹਦੇ ਭਰਾ ਦੇ ਉੱਤੇ ਨਸ਼ੇ ਦਾ ਲਾ ਦਿਓ ਵੀ ਇਹਦਾ ਭਰਾ ਤਾਂ ਆਪ ਖੁਦ ਨਸ਼ੇ ਕਰਦਾ ਵੀ ਇਹ ਲੋਕਾਂ ਦੇ ਬਾਹਰ ਨਸ਼ੇ ਛਡਾਉਂਦਾ ਫਿਰਦਾ, ਇਹ ਆਪਣੇ ਭਰਾ ਦਾ ਨਸ਼ਾ ਨਹੀਂ ਛਡਾ ਸਕਿਆ ਵੀ ਲੋਕਾਂ ਦੇ ਵਿੱਚ ਭਾਈ ਸਾਹਿਬ ਦਾ ਕਿਰਦਾਰ ਆ ਉਹ ਨੀਵਾਂ ਦਿਖੂਗਾ, ਲੋਕਾਂ ਦਾ ਜਿਹੜਾ ਉਹਨਾਂ ਨਾਲੋਂ ਮੋਹ ਭੰਗ ਹੋਊਗਾ, ਉਹਨਾਂ ਲੋਕਾਂ ਦਾ ਜਿਹੜਾ ਭਾਈ ਸਾਹਿਬ ਨਾਲੋਂ ਮੋਹ ਭੰਗ ਹੋਊਗਾ ਇੱਦਾਂ ਕਰੇ ਤੋਂ।
ਬੜੀ ਤਰੀਕੇ ਨਾਲ ਸਾਜਿਸ਼ ਨਾਲ ਇਹ ਕੰਮ ਕੀਤਾ ਉਹਨਾਂ ਨੇ। ਫਿਰ ਦੂਜਾ ਨੰਬਰ ਇਹ ਆ ਵੀ ਪਹਿਲਾਂ ਚਿੱਟੇ ਨਾ ਮਰਦੇ ਨੌਜਵਾਨ, ਹੁਣ ਪੰਜਾਬ ਦੇ ਵਿੱਚ ਆਇਸ ਆ ਜੂ। ਆਇਸ ਦਾ ਜਿਹੜਾ ਮੋਢੀ ਆ, ਠੀਕ ਆ ਕਿ ਨਹੀਂ, ਉਹ ਭਾਈ ਸਾਹਿਬ ਦਾ ਭਰਾ ਜਿਹੜਾ ਹਰਪ੍ਰੀਤ ਆ ਉਹਨੂੰ ਬਣਾ ਦਾਂਗੇ, ਵੀ ਪੰਜਾਬ ਵਿੱਚ ਇਹ ਹੀ ਲੈ ਕੇ ਆਇਆ। ਬਾਬੇ ਸ਼ੇਅਰ ਕਰ ਦਿਓ ਵੀਡੀਓ ਨੂੰ ਮੇਰੇ ਭਰਾ ਜਿਹੜੇ ਤੁਸੀਂ ਨਾਲ ਜੁੜੇ ਹੋ ਨਾ ਪਿਆਰ ਕਰਨ ਵਾਲੇ, ਮੇਰੀ ਪੂਰੀ ਵੀਡੀਓ ਨੂੰ ਸ਼ੇਅਰ ਕਰ ਦਿਆ ਜੇ ਸਾਰੇ ਭਰਾ, ਜ਼ਰੂਰ ਮੇਰੇ ਪਿਆਰ ਕਰਨ ਵਾਲੇ ਸ਼ੇਅਰ ਕਰ ਦਿਓ, ਵੀ ਇਕੱਲੇ ਇਕੱਲੇ ਨੌਜਵਾਨ ਤੱਕ ਪਹੁੰਚਣੀ ਚਾਹੀਦੀ ਹੈ। ਉਹਨਾਂ ਨੂੰ ਪਤਾ ਲੱਗ ਗਿਆ ਯਾਰ ਸਾਨੂੰ ਕੋਈ ਬੰਦਾ ਪੁੱਛਦਾ ਨਹੀਂ, ਇੱਕ 5 ਲੱਖ ਵੋਟ ਪੈ ਗਈ, 2.5 ਲੱਖ ਵੋਟ 'ਤੇ ਜਿੱਤ ਗਿਆ, ਠੀਕ ਹੈ ਕਿ ਨਹੀਂ। ਅਸੀਂ ਤਾਂ ਇੰਨੀ ਬਦਨਾਮ ਇਹਨੂੰ ਕੋਸ਼ਿਸ਼ ਕੀਤੀ ਸੀ ਵੀ ਪਹਿਲਾਂ ਪੰਜਾਬ ਦੇ ਵਿੱਚੋਂ ਫੜਿਆ, ਚਲੋ ਪੰਜਾਬ ਦੀ ਜੇਲ੍ਹ 'ਚ ਨਹੀਂ ਰੱਖਿਆ ਅਸੀਂ, ਵੀ ਪੰਜਾਬ ਤੋਂ 1000 ਕਿਲੋਮੀਟਰ ਦੂਰ ਸਿੜਤਾਲ ਜਾ ਕੇ ਅਸੀਂ, ਪੰਜਾਬ ਤੋਂ 1000 ਕਿਲੋਮੀਟਰ ਦੂਰ ਸਿੜਤਾ ਸੀ ਵੀ ਇਹਦੇ ਮਗਰ ਕੋਈ ਜਾ ਹੀ ਨਾ ਸਕੇ, ਠੀਕ ਹੈ ਕਿ ਨਹੀਂ। ਫਿਰ ਤੁਹਾਨੂੰ ਪਤਾ ਲੱਗਾ ਵੀ ਵੋਟਾਂ 'ਚ ਖਲੋ ਗਿਆ, ਇਹਨਾਂ ਨੂੰ ਪਤਾ ਲੱਗਾ ਵੀ ਸੰਗਤ ਨੇ ਵੋਟ ਪਾਤੀ, ਉਹ ਜਿੱਤ ਗਿਆ, ਉਹ MP ਬਣ ਗਿਆ। ਇਹਨਾਂ ਨੇ ਸੋਚਿਆ ਵੀ ਇੱਦਾਂ ਤਾਂ ਕੰਮ ਨਹੀਂ ਚੱਲਣਾ, ਵੀ ਇਹਨੂੰ ਕਰੋ ਬਦਨਾਮ, ਕਿਵੇਂ ਕਰ ਗਏ ਇਹਨੂੰ, ਕਿਵੇਂ ਆਪਾਂ ਥੱਲੇ ਸਿੱਟੀਏ। ਫਿਰ ਬੜੇ ਢੰਗ ਤਰੀਕੇ ਨਾਲ ਜਿਹੜੀ ਇਹ ਸਾਜਿਸ਼ ਘੜੀ ਗਈ ਆ, ਠੀਕ ਹੈ ਕਿ ਸਾਰਾ ਪਲਾਨ ਬਣਾ ਕੇ ਕਿਵੇਂ ਉਹਨੂੰ ਮਤਲਬ ਕਿ ਬਦਨਾਮ ਕੀਤਾ ਗਿਆ। ਜਿੱਡੀ ਉਹਦੀ ਦੇਹ ਕੀ ਤੁਹਾਨੂੰ ਲੱਗਦਾ ਵੀ ਇਹ ਕੋਈ ਗੰਦਾ ਨਸ਼ਾ ਜਿਹੜਾ ਇਸ ਨਾਂ ਦੀ ਡਰੱਗ ਲੈਂਦਾ ਹੋਊਗਾ, ਜਿੱਡਾ ਉਹਦਾ ਸਰੀਰ ਆ ਵੀ ਤੁਹਾਨੂੰ ਲੱਗਦਾ ਵੀ ਇਸ ਨਾਂ ਦੀ ਕੋਈ ਡਰੱਗ ਲੈਂਦਾ ਹੋਊਗਾ, ਦੱਸੋ। ਪਰ ਨਹੀਂ ਖਾਲਸਾ ਜੀ, ਬਦਨਾਮ ਕਰਨਾ ਤੁਹਾਡਾ ਆਗੂ, ਉਹਨੂੰ ਬਦਨਾਮ ਕਰਨਾ ਵੀ ਤੁਹਾਡਾ ਆਗੂ ਜਿਹੜਾ ਆਗੂ ਨੂੰ ਫੜਿਆ ਜਾਵੇ। ਜੇ ਨੌਜਵਾਨ ਇੱਕ ਆਪਣੇ ਆਗੂ ਦੇ ਮਗਰ ਲੱਗ ਗਏ, ਸਾਨੂੰ ਪੁੱਛਣਾ ਨਹੀਂ ਵੀ ਸਾਨੂੰ ਕੌਣ ਪੁੱਛੂ, ਜੇ ਇਹ ਨੌਜਵਾਨ ਆਪਣੇ ਇੱਕ ਆਗੂ ਦੇ ਮਗਰ ਲੱਗ ਗਏ, ਕਿਵੇਂ ਨਾ ਕਿਵੇਂ ਕਰਕੇ ਬਦਨਾਮ ਕਰੋ ਇਹਦੀ ਸ਼ਖਸੀਅਤ ਨੂੰ ਕਿਵੇਂ ਨਾ ਕਿਵੇਂ ਲਾ ਕੇ ਤੈਨੂੰ ਭਾ ਲਾਓ। ਉਹ ਕੰਮ ਚੱਲਿਆ, ਹਾਂਜੀ, ਹੁਣ ਕਈਆਂ ਲੋਕਾਂ ਨੂੰ ਯਕੀਨ ਹੋ ਗਿਆ ਨਾ, ਹੋ ਇਹ ਲੋਕਾਂ ਦੇ ਨਸ਼ੇ ਛਡਾਉਂਦਾ ਹੀ ਅੰਮ੍ਰਿਤਪਾਲ ਤਾਂ, ਇਹ ਆਪਦੇ ਭਰਾ ਦਾ ਨਸ਼ਾ ਨਹੀਂ ਛਡਾ ਸਕਿਆ, ਉਹ ਇਹਦਾ ਭਰਾ ਤਾਂ ਆਪ ਆਈਸ ਲੈਂਦਾ, ਡਰੱਗ ਲੈਂਦਾ ਸੀ, ਕਿਉਂਕਿ ਭਾਈ ਸਾਹਿਬ ਦੀ ਜਿਹੜੀ ਕਰਦਾਰਕੁਸ਼ੀ ਕਰਨੀ ਉਹਨੂੰ ਢਾਲ ਆਉਣੀ ਸੀ, ਕਿਉਂਕਿ ਉਹਦੀ ਬਰਾਬਰੀ ਹੋ ਨਹੀਂ ਸਕਦੀ, ਤਾਂ ਉਹਨੂੰ ਕਿਵੇਂ ਨਾ ਕਿਵੇਂ ਕਰਕੇ ਉਹਦਾ ਪੱਧਰ ਜਿਹੜਾ ਨੀਵਾਂ ਕਰਨਾ, ਨੀਵਾਂ ਵਿਖਾਉਣਾ। ਬਾਬੇ ਸ਼ੇਅਰ ਕਰ ਦਿਓ ਵੀਡੀਓ ਨੂੰ ਯਾਰ ਮੇਰੇ ਭਰਾ, ਸਾਰੇ ਪਿਆਰ ਕਰਨ ਵਾਲੇ, ਸਾਰੇ ਵੀਰ ਪਿਆਰ ਕਰਨ ਵਾਲੇ, ਜ਼ਰੂਰ ਸ਼ੇਅਰ ਕਰ ਦਿਓ ਵੀਡੀਓ ਨੂੰ, ਕਿਉਂਕਿ ਤੁਹਾਨੂੰ ਪਤਾ ਵੀ ਇੱਥੇ ਸੱਚੀ ਸੁੱਚੀ ਗੱਲ ਕਰਨੀ ਕੀਤੀ ਜਾਂਦੀ ਆ, ਅਤੇ ਤੁਹਾਨੂੰ ਪਤਾ ਸੱਚੀ ਸੁੱਚੀ ਗੱਲ ਫਿਰ ਲੋਕਾਂ ਤੱਕ ਜਿਹੜੀ ਪਹੁੰਚੀ ਨਹੀਂ ਜਾਂਦੀ, ਇਸ ਫੇਸਬੁੱਕਾਂ ਦੀਆਂ ਰੀਚਾਂ ਘਟਾਉਣੀਆਂ, ਠੀਕ ਹੈ ਨਾ, ਵੀ ਜਿਹੜੀ ਗੱਲ ਸੱਚੀ ਹੈ ਗਾਂ ਲੋਕਾਂ ਤੱਕ ਪਹੁੰਚ ਨਾ ਜਾਵੇ। ਅਤੇ ਇਸੇ ਕਰਕੇ ਕੁਝ ਸਰਕਾਰਾਂ ਨੇ ਮਤਲਬ ਕਿ ਜਿਹੜੇ ਸਾਡੇ ਵਰਗੇ ਸਿੱਖ ਬਣਾ ਕੇ ਕਿਰਪਾਨਾਂ ਪਾ ਕੇ ਵਿੱਚ ਛੱਡੇ, ਵੀ ਇਹ ਸਿੱਖ ਹੀ ਬਦਨਾਮ ਕਰਨ ਇਹਨਾਂ ਦੇ ਬੰਦਿਆਂ ਨੂੰ, ਵੀ ਸਾਡੇ ਆਪਦੇ ਬੰਦੇ ਹੀ ਬਦਨਾਮ ਕਰਨ, ਕਰੀ ਜਾਂਦੇ ਆ ਨਾ, ਤੁਹਾਨੂੰ ਪਤਾ ਆਹ ਬੂਟੇ ਵਰਗੇ ਕਿਵੇਂ ਬਦਨਾਮ ਕਰਨ 'ਤੇ ਲੱਗੇ ਹੋਏ ਆ, ਆਹ ਹੋਰ ਬੜੇ ਬਦਨਾਮ ਕਰਨ 'ਤੇ ਲੱਗੇ ਹੋਏ ਆ, ਕਿਵੇਂ ਤੁਲੇ ਹੋਏ ਆ। ਹਾਂਜੀ ਬਲਜਿੰਦਰ ਸਿੰਘ ਦਿਓਲ ਜੀ, ਵਧੀਆ ਚੜ੍ਹਦੀਆਂ ਕਲਾ, ਸ਼ੇਅਰ ਕਰਦੇ ਬਲਜਿੰਦਰ ਦਿਓਲ, ਸਾਰੇ ਭਰਾਵਾਂ ਤੱਕ ਵੀਡੀਓ ਪਹੁੰਚਦੀ ਕਰ ਦਿਓ ਮੇਰਾ ਵੀਰ। ਇਹ ਬੜੀ ਯਾਰ ਸੋਚੀ ਸਮਝੀ ਚਾਲ ਦੇ ਨਾਲ ਤਰੀਕੇ ਦੇ ਨਾਲ ਬਾਈ ਕੰਮ ਕੀਤਾ ਗਿਆ, ਇਹ ਸਾਡੇ ਮਨਾਂ ਦੇ ਵਿੱਚ ਇਹ ਘਰ ਕਰਾਉਣ ਵਾਸਤੇ
ਵੀ ਨੌਜਵਾਨਾਂ ਦੇ ਘਰ ਦਿਮਾਗ ਦੇ ਵਿੱਚ ਇਹ ਗੱਲ ਬਿਲਕੁਲ ਕਰ ਜੇ ਵੀ ਇਹ ਆਪਣੇ ਭਰਾ ਦਾ ਨਸ਼ਾ ਨਹੀਂ ਛਡਾ ਸਕਿਆ, ਇਹ ਲੋਕਾਂ ਦੇ ਕਿੱਥੋਂ ਛਡਾ ਦੂ, ਜਾਣ ਬੁੱਝ ਕੇ ਬਦਨਾਮ ਕਰਨ ਵਾਸਤੇ। ਵੀ ਉਸੇ ਚੀਜ਼ ਨਹੀਂ ਬਦਨਾਮ ਕੀਤਾ ਜਾ ਸਕਦਾ ਨਾ ਜਿਹੜੀ ਚੀਜ਼ ਦੇ ਨਾਲ ਇਹਨਾਂ ਦਾ ਨਾਂ ਉਭਰਿਆ ਹੋਵੇ ਪੰਜਾਬ ਦੇ ਵਿੱਚ, ਜਿਵੇਂ ਭਾਈ ਸਾਹਿਬ ਦਾ ਨਾਂ ਕਿਹੜੀ ਚੀਜ਼ ਦੇ ਨਾਲ ਉਭਰਿਆ ਸੀ, ਵੀ ਲੋਕਾਂ ਦੇ ਨਸ਼ੇ ਛਡਾਉਂਦਾ, ਨੌਜਵਾਨਾਂ ਦੇ ਨਸ਼ੇ ਛਡਾਉਂਦਾ, ਕਿੰਨੀਆਂ ਮਾਵਾਂ ਦੇ ਪੁੱਤ ਬਚਾਤੇ ਇਹਨੇ। ਵੀ ਇਹਨਾਂ ਨੂੰ ਪਤਾ ਵੀ ਇਸੇ ਚੀਜ਼ ਨਾਲ ਧਾ ਲਾਓ ਵੀ ਜਿਹੜੇ ਵੀ ਇਹਦੀ ਬਦਨਾਮੀ ਹੋਵੇ ਭਾਈ ਸਾਹਿਬ ਦੀ, ਜਿਹੜੀ ਲੋਕਾਂ ਦਾ ਨੌਜਵਾਨੀ ਦਾ ਜਿਹੜਾ ਮੋਹ ਭੰਗ ਹੋ ਜੇ ਇਹਦੇ ਨਾਲੋਂ। ਹਾਂਜੀ ਸੱਚੀ ਗੱਲ ਆ ਵੀ ਮੋਹ ਭੰਗ ਹੋਵੇ, ਠੀਕ ਹੈ ਨਾ। ਆਗੂ ਦੀ ਕਰਦਾਰ ਕੁਸ਼ੀ ਕਰਨੀ, ਆਗੂ ਨੂੰ ਕਿਵੇਂ ਥੱਲੇ ਸਿੱਟਣਾ, ਸੋਚੋ ਬਾਬਿਓ ਸੋਚੋ ਤੁਸੀਂ। ਕਈ ਬੰਦੇ ਕਹਿੰਦੇ ਸੀ ਨਾ ਫਲਾਣੇ ਫਲਾਣੇ ਦਾ ਬੰਦਾ, ਯਾਰ ਤੁਸੀਂ ਸੋਚੋ ਇੰਨੇ ਹਜ਼ਾਰਾਂ ਕਿਲੋਮੀਟਰ ਦੂਰ ਨਾ ਸਿੱਟਦੇ, NSA ਨਾ ਲੱਗਦੀ, NSA 1 ਸਾਲ ਲੱਗ ਕੇ ਜਮਾਤ ਹੋ ਕੇ ਬੰਦਾ ਬਾਹਰ ਆਉਂਦਾ, ਦੂਜੇ ਸਾਲ NSA ਚਲਾਤੀ ਵਧਾ ਕੇ। ਫਿਰ ਲੋਕਾਂ ਨੇ MP ਬਣਾਤਾ, MP ਬਣ ਕੇ ਬਾਹਰ ਇੰਨਾ ਧੱਕਾ ਹੁੰਦਾ ਤਾਂ ਤੁਸੀਂ ਆਖੀ ਜਾਂਦੇ ਹੋ ਵੀ ਭਾਈ ਸਾਹਿਬ ਦਾ ਭਰਾ ਜਿਹੜਾ ਇਸ ਨਾਮ ਦੀ ਡਰੱਗ ਲੈਂਦਾ, ਕੁਛ ਨਹੀਂ ਬਾਬਿਓ। ਹਾਂਜੀ ਨੌਜਵਾਨੋ ਸੋਚੋ ਸਮਝੋ ਦਿਮਾਗ ਲਾਓ। ਹਾਂਜੀ ਵੀ ਕਿਵੇਂ ਸਾਡੇ ਆਗੂ ਨੂੰ ਖਤਮ ਕੀਤਾ ਜਾ ਰਿਹਾ, ਸਾਡੇ ਦਿਲ ਦੇ ਵਿੱਚੋਂ ਕੱਢਿਆ ਜਾ ਰਿਹਾ, ਸਾਡੇ ਦਿਮਾਗ 'ਚੋਂ ਕੱਢਿਆ ਜਾ ਰਿਹਾ। ਵੀ ਜਿਹੜਾ ਤੁਹਾਡਾ ਖੁਦ ਆਗੂ ਆ ਉਹ ਵੀ ਨਸ਼ੇ ਕਰਦਾ, ਉਹਦਾ ਭਰਾ ਵੀ ਨਸ਼ੇ ਕਰਦਾ, ਆ ਬੂਟੇ ਵਰਗਾ ਇਲਜ਼ਾਮ ਲਾਉਂਦਾ ਪਿਆ ਨਾ, ਆ ਕੁਲਜੀਤੇ ਨਿਹੰਗਰ ਵਰਗਾ ਇਲਜ਼ਾਮ ਲਾਉਂਦਾ ਪਿਆ ਨਾ ਬਾਣਾ ਪਾ ਕੇ, ਜਿਹੜਾ ਅੰਮ੍ਰਿਤਪਾਲ ਨਾਲ ਫੋਟੋਆਂ ਕਰਾਉਂਦਾ ਰਿਹਾ, ਲੰਗਰ ਪਾਣੀ ਛਕਦਾ ਰਿਹਾ, ਖਾਲਸਾ ਵੀਰ 'ਚ ਚੱਲਦਾ ਰਿਹਾ, ਉਹ ਕਰਦਾ ਪਿਆ ਨਾ ਕਰਦਾਰ ਕੁਸ਼ੀ ਕਿਵੇਂ ਬਹਿ ਕੇ। ਹਾਂਜੀ ਮੈਂ ਵੇਖਿਆ ਅੰਮ੍ਰਿਤਪਾਲ ਵੀ ਨਸ਼ੇ ਕਰਦਾ ਹੈ, ਪਤਾ ਨਹੀਂ ਅੰਮ੍ਰਿਤਪਾਲ ਵੀ ਪਤਾ ਨਹੀਂ ਕਿਹੜਾ ਪੁੜੀਆਂ ਹੀ ਲਾਉਂਦਾ, ਦੱਸਣ ਡਿਆ ਸੀ ਇਹ ਵੀ ਨਸ਼ੇ ਕਰਦਾ ਅੰਮ੍ਰਿਤਪਾਲ ਵੀ, ਅਤੇ ਸਾਰੇ ਬੰਦੇ ਵੀ ਕਰਦੇ ਆ ਨਸ਼ੇ। ਹਾਂਜੀ ਅਤੇ ਉਹ ਇੱਕ ਬੰਦਾ ਨੌਜਵਾਨ ਸਰਸੇ ਜ਼ਿਲ੍ਹੇ ਦੇ 7 ਨੌਜਵਾਨ ਆਪਣੀ ਟਰੈਕਟਰ ਟਰਾਲੀ ਲੈ ਕੇ, 7 ਨੌਜਵਾਨ ਆਪਣੀ ਟਰੈਕਟਰ ਟਰਾਲੀ ਲੈ ਕੇ ਸਰਸੇ ਤੋਂ ਆਏ ਆ ਭਾਈ ਸਾਹਿਬ ਦੇ ਖਾਲਸਾ ਵਿਹੀਰ ਦੇ ਵਿੱਚ, ਜਿੱਦਣ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਅਰਦਾਸ ਕਰਕੇ